12 ਦਿਨ ਹੋ ਗਏ ਜੀ, ਪੂਰੇ ਭੁੱਖੇ ਪਿਆਸੇ ਬੈਠੇ ਹਾਂ ਜੀ, ਕਿਸੇ ਨੇ ਨਹੀਂ ਸਾਡੀ ਸੁਣਵਾਈ ਕੀਤੀ ਨਾ ਸਾਡੇ। ਹਾਂਜੀ, IDC ਦਫ਼ਤਰ ਆਏ ਹਾਂ ਜੀ ਅਸੀਂ। ਡਿਸ ਜੀ ਉਹ ਕਹਿੰਦੇ ਜੀ ਜਾਓ ਜੀ ਨਿਰਵਾਣੇ ਨੂੰ ਪੇਸ਼ ਹੋਵੋ ਜੀ, ਜੇ ਨਾ ਸੁਣਵਾਈ ਹੋਈ ਤਾਂ ਸਾਡੀ ਅਸੀਂ ਨਹੀਂ ਸੁਣਵਾਈ ਕਰਾਂਗੇ। ਹਸਬੈਂਡ ਹੈ ਨਹੀਂ, ਕੋਈ ਵਿਧਵਾ, ਕੋਈ ਬਿਲਕੁਲ ਹੀ ਬਜ਼ੁਰਗ ਹੈ, ਉਹਨੇ ਕੁਛ ਵੀ ਨਹੀਂ ਆਇਆ, ਨਾ ਬਣਿਆ ਆਇਆ ਨਾ ਕੱਚਾ ਆਇਆ। ਦੱਸੋ ਕਿੱਥੇ ਜਾਣ, ਰਾਤ ਡਿਪੂ ਵਾਲੇ ਨੇ ਵੰਡਿਆ, ਉਹਨਾਂ ਨੇ ਕਿਸੇ ਨੂੰ ਨਹੀਂ ਦਿੱਤਾ, ਆਪਦਾ ਘਰ ਹੀ ਭਰੀ ਪਿਆ। ਅਸੀਂ ਕਿੱਥੇ ਜਾਈਏ ਦੱਸੋ, ਗਰੀਬ ਜਨਤਾ ਕਿੱਥੇ ਜਾਵੇ। ਜਿੱਥੇ ਇੱਕ ਪਾਸੇ ਲੋਕ ਕੋਰੋਨਾ ਦੀ ਬਿਮਾਰੀ ਕਰਕੇ ਦੁਨੀਆਂ ਵਿੱਚ ਮਰ ਰਹੇ ਨੇ, ਉੱਥੇ ਹੀ ਦੂਸਰੇ ਪਾਸੇ ਲੋਕ ਹੋ ਰਹੇ ਨੇ ਪੰਜਾਬ ਵਿੱਚ ਭੁੱਖ ਮਰੀ ਦਾ ਸ਼ਿਕਾਰ। ਦੇਖੋ ਜਦੋਂ ਬਠਿੰਡਾ ਸੰਜੇ ਨਗਰ ਤੋਂ ਭੁੱਖ ਨਾਲ ਜੂਝ ਰਹੇ ਗਰੀਬ ਪਰਿਵਾਰ ਦੀਆਂ ਔਰਤਾਂ ਪਹੁੰਚੀਆਂ DC ਸਾਹਿਬ ਦੀ ਕੋਠੀ, ਜਿਨ੍ਹਾਂ ਨੇ ਆਪਣੀ ਦੁੱਖ ਭਰੀ ਦਾਸਤਾਂ ਪਿਆ ਕੀਤੀ ਅਤੇ DC ਸਾਹਿਬ ਨੇ ਇਹਨਾਂ ਨੂੰ ਰਾਸ਼ਨ ਪਹੁੰਚਾਉਣ ਦਾ ਭਰੋਸਾ ਦੇ ਉੱਥੋਂ ਤੋੜ ਦਿੱਤਾ। ਵੀਰਪਾਲ ਕੌਰ ਜੀ, ਸੰਜੇ ਨਗਰ ਗਲੀ ਨੰਬਰ 20 ਚੋਂ ਜੀ, 12 ਦਿਨ ਹੋ ਗਏ ਜੀ, ਪੂਰੇ ਭੁੱਖੇ ਪਿਆਸੇ ਬੈਠੇ ਹਾਂ ਜੀ, ਕਿਸੇ ਨੇ ਨਹੀਂ ਸਾਡੀ ਸੁਣਵਾਈ ਕੀਤੀ ਨਾ ਸਾਡੇ। ਹਾਂਜੀ, IDC ਦਫ਼ਤਰ ਆਏ ਹਾਂ ਜੀ ਅਸੀਂ। ਡਿਸ ਜੀ ਉਹ ਕਹਿੰਦੇ ਜੀ ਜਾਓ ਜੀ ਨਿਰਵਾਣੇ 'ਤੇ ਪੇਸ਼ ਹੋਵੋ ਜੀ, ਜੇ ਨਾ ਸੁਣਵਾਈ ਹੋਈ ਤਾਂ ਫਿਰ ਸਾਡੇ ਕੋਲ ਅਸੀਂ ਜ਼ਰੂਰ ਸੁਣਵਾਈ ਕਰਾਂਗੇ ਜੀ। ਫਿਰ ਜੀ ਜੋ ਬਣਿਆ ਜੀ ਅਸੀਂ ਕਰਾਂਗੇ, ਪਹੁੰਚਾਂਗੇ ਜੀ, ਦੁਬਾਰਾ ਫਿਰ ਦਫ਼ਤਰ ਆਵਾਂਗੇ, ਨਹੀਂ ਤਾਂ ਫਿਰ ਭੁੱਖ ਹੜਤਾਲ ਤਾਂ ਚੱਲ ਰਹੀ ਹੈ ਜੀ, ਇਹ ਚੱਲਦੀ ਰਹੇ। ਅੱਜ ਪੂਰੇ 12 ਦਿਨ ਹੋ ਗਏ ਜੀ। ਸੰਜੇ ਨਗਰ ਗਲੀ ਨੰਬਰ 20 ਤੋਂ ਆਏ ਹਾਂ ਜੀ, ਸਾਨੂੰ ਜੀ ਅੱਜ 12ਵਾਂ ਦਿਨ ਹੈ, ਸਾਡੇ ਬੱਚੇ ਭੁੱਖੇ ਬੈਠੇ ਹੈ ਜੀ, ਸਾਡੇ ਕਿਸੇ ਦੇ ਹਸਬੈਂਡ ਹੈ ਨਹੀਂ, ਕੋਈ ਵਿਧਵਾ, ਕੋਈ ਬਿਲਕੁਲ ਹੀ ਬਜ਼ੁਰਗ ਹੈ, ਉਹਨੇ ਕੁਛ ਵੀ ਨਹੀਂ ਆਇਆ, ਨਾ ਬਣਿਆ ਆਇਆ ਨਾ ਕੱਚਾ ਆਇਆ। ਦੱਸੋ ਕਿੱਥੇ ਜਾਣ, ਰਾਤ ਡਿਪੂ ਵਾਲੇ ਨੇ ਵੰਡਿਆ, ਉਹਨਾਂ ਨੇ ਕਿਸੇ ਨੂੰ ਨਹੀਂ ਦਿੱਤਾ, ਆਪਦਾ ਘਰ ਹੀ ਭਰੀ ਪਿਆ। ਅਸੀਂ ਕਿੱਥੇ ਜਾਈਏ ਦੱਸੋ, ਗਰੀਬ ਜਨਤਾ ਕਿੱਥੇ ਜਾਵੇ, ਕੀ ਕਰੀਏ ਅਸੀਂ। 12 ਦਿਨ ਹੋ ਗਏ, ਬਿਮਾਰੀ ਨਾਲ ਤਾਂ ਮਰੀਏ ਨਾ ਮਰੀਏ, ਭੁੱਖ ਨਾਲ ਤਾਂ ਮਰ ਜਾਣਗੇ ਸਾਡੇ ਬੱਚੇ, ਫਿਰ ਇਹ ਵੀ ਜ਼ਿੰਮੇਵਾਰ ਸਰਕਾਰ ਹੋਊਗੀ। ਅੱਜ 12ਵਾਂ ਦਿਨ ਹੈ ਜੀ, ਅੱਜ 12ਵਾਂ ਦਿਨ ਹੈ, ਸਾਡੇ 20-25 ਘਰ ਹੈ ਬਿਲਕੁਲ ਹੀ ਆਏ, ਕਿਸੇ ਨੇ ਆ ਕੇ ਉੱਥੇ ਪੈਰ ਨਹੀਂ ਪਾਇਆ ਵੀ ਕਿਵੇਂ ਬੈਠੀ ਹੈ ਇੱਥੋਂ ਦੀ ਜਨਤਾ। ਸੰਜੇ ਨਗਰ 20 ਨੰਬਰ ਗਲੀ ਜੀ, ਉੱਥੇ ਕੁਛ ਵੀ ਨਹੀਂ ਆਇਆ, ਅਸੀਂ ਜਿਵੇਂ ਮਰਜ਼ੀ ਕਰਕੇ ਆਪਦਾ ਘਰ ਚਲਾ ਰਹੇ ਹਾਂ, ਪਰ ਹੁਣ ਸਾਡੇ ਕੋਲ ਵੀ ਹੈ ਨਹੀਂ ਕੁਛ ਵੀ, ਕੀ ਕਰੀਏ। ਉੱਥੇ 20-25 ਪਰਿਵਾਰ ਹੈ ਜਿਹੜੇ ਐਂ ਬੈਠੇ ਹੈ, ਜਿਨ੍ਹਾਂ ਦੇ ਹਸਬੈਂਡ ਅਪਾਈਜ ਨੇ, ਕੁਛ ਵੀ ਨੇ, ਸਾਰੇ ਐਂ ਬੈਠੇ। ਦੱਸੋ ਕੀ ਹੱਲ ਹੈ, DC ਸਾਹਿਬ ਨੇ ਕਿਹਾ ਤੁਸੀਂ ਡਿਪੂ 'ਤੇ ਜਾਓ, ਤੁਹਾਡਾ ਹੱਲ ਹੋ ਰਿਹਾ। ਜੇ ਸਾਡਾ ਹੱਲ ਹੁਣ ਵੀ ਨਾ ਹੋਇਆ, ਅਸੀਂ ਠੋਸ ਕਦਮ ਚੱਕਾਂਗੇ, ਅਸੀਂ ਤਾਂ ਰੋਡ ਜਾਮ ਕਰਾਂਗੇ, ਕੁਛ ਵੀ ਕਰਾਂਗੇ, ਸਾਡਾ ਹੱਲ ਕਰੋ, ਅਸੀਂ ਉਵੇਂ ਹੀ ਆਪਦਾ ਕੰਮ ਸ਼ੁਰੂ ਕਰ ਦਾਂਗੇ। ਮੇਰਾ ਨਾਮ ਉਰਮਿਲਾ, ਹਾਂ, ਮੇਰਾ ਘਰ ਵਾਲਾ ਬਿਮਾਰ ਪਿਆ, ਮੈਂ ਤਾਂ ਝੁੱਗੀ 'ਚ ਰਹਿੰਦੀ ਹਾਂ, ਨਾ ਤਾਂ ਘਰੇ ਆਟਾ ਹੈ ਨਾ ਦਾਲ ਹੈ, ਕੁਛ ਵੀ ਨਹੀਂ ਹੈਗਾ। ਅਸੀਂ ਇੱਥੇ DC ਦੇ ਕੋਠੀ ਆਏ ਸੀਗੇ, ਇਹ ਕਹਿੰਦੇ ਵੀ ਕਿੰਨਾ ਤੁਹਾਡਾ ਹੱਲ ਕਰਾਂਗੇ, ਅਸੀਂ ਭੇਜ ਰਹੇ ਹਾਂ ਉੱਧਰ, ਰਾਸ਼ਨ ਡਿਪੂ ਤੇ ਆ ਰਿਹਾ, ਰਮਾਣਾ ਜੀ ਦੇਊਗਾ, ਹਾਂ 20 ਨੰਬਰ 'ਚ ਜਾਵੜੇ ਸਾਨੂੰ ਰਾਸ਼ਨ। ਹੈ ਲੋਕੀ ਤਾਂ ਸੰਜੇ ਨਗਰ 20 ਨੰਬਰ ਗਲੀ 'ਚ, ਹੈ ਲੋਕੀ ਬਿਮਾਰੀਆਂ ਨਾਲ ਮਰ ਰਹੇ, ਅਸੀਂ ਸਾਡੇ ਬੱਚੇ ਭੁੱਖ ਨਾਲ ਮਰ ਜਾਣਗੇ, ਅਸੀਂ ਕਿੱਥੇ ਜਾਈਏ। ਇਧਰ ਉਨਕੋ ਹਰ ਚੀਜ਼ ਡੋਸਟ ਮੇਂ ਪ੍ਰੋਵਾਈਡ ਕਰਵਾ ਰਹੇ ਹੈ। ਸਰ ਅਭੀ ਵੀ ਕੁਛ ਲੋਗੋ ਕੋ ਪ੍ਰੋਬਲਮ ਆ ਰਹੀ ਹੈ, ਸੰਜੇ ਨਗਰ ਸੇ ਵੀ ਆਏ ਤੇ ਕੁਛ ਲੋਗ ਸੀਗੇ। ਨਹੀਂ ਜੀ, ਉਹ ਫ੍ਰੀ ਰੇਸ਼ਨ ਅਸੀਂ ਇਧਰ ਉਹ 4,000-5,000 ਪੈਕੇਟ ਇਧਰ ਉਹ ਵੰਡਵਾ ਦਿੱਤੇ ਸਭ ਇਧਰ ਉਹ ਗਰੀਬ ਲੋਕਾਂ ਨਗਰ, ਕਿਤੇ ਸਪੈਸਿਫਿਕ ਕੋਈ ਪ੍ਰੋਬਲਮ ਆ ਰਹੀ ਅਸੀਂ ਸਰਵ ਕਰਵਾ ਦੇ। ਸਭ ਕਈ ਵਿਲੇਜ ਮੇਂ ਹਮਨੇ ਸਰਵੇ ਕੀਆ ਹੈ, ਜੋ ਸਰਕਾਰੀ ਗੇਹੂੰ ਹੈ ਵੋ ਨਹੀਂ ਪਹੁੰਚ ਰਹਾ, ਜੈਸੇ ਤੁੰਗ ਵਾਲੀ ਮੇਂ ਕਲ ਹਮ ਗਏ ਹੈ, ਵਹਾਂ ਪੇ ਜੋ ਡਿਪੂ ਵਾਲੇ ਹੈ ਵੋ ਗੇਹੂੰ ਨਹੀਂ ਦੇ ਰਹੇ। ਨਹੀਂ ਜੀ, ਡਿਪੂ ਵਾਲਾ ਇਧਰ ਉਹ ਅਰਾਊਂਡ ਹਮਨੇ ਇਧਰ ਉਹ ਕੱਲ ਕੰਮ ਸ਼ੁਰੂ ਕੀਤਾ ਹੈ, ਅਸੀਂ ਇਧਰ ਉਹ ਇੱਕਦਮ ਸਭੀ ਪਿੰਡੋਂ ਮੇਂ ਨਹੀਂ ਵੰਡ ਰਹੇ ਇਧਰ, ਮਤਲਬ ਡਿਟੇਲ ਬਣਾ ਕੇ ਮਤਲਬ ਅਗਲੇ ਇੱਕ ਹਫ਼ਤੇ ਮੇਂ ਪੂਰਾ ਵੰਡ ਦੇਗਾ। ਪਰ ਕਈਓਂ ਪੇ ਬਸ ਸਰ ਪੜਾ ਵੀ ਹੈ, ਰਾਸ਼ਨ ਵੀ ਨਹੀਂ ਦੇ ਰਹੇ, ਜਿੱਥੇ ਇਧਰ ਉਹ ਹੈ ਇਧਰ ਉਸਕੋ ਪਹਿਲੇ ਕਰਵਾ ਰਹੇ ਇਧਰ,
आज अगर कल उधर शुरू करवा देंगे इधर, बाकी जितने नए इधर वासी सप्लाई करवा के विदिन वन वीक हम पूरा उधर वो बंदे को जिसको मिला नहीं उसको बंटवा देंगे। नहीं जी, असी कामन एक्सेंशन दिया है कर्फ्यू तो ऑल प्राइवेट हॉस्पिटल ऑल नर्सिंग होम्स काम कर सकते हैं। हॉस्पिटल आई एम ए को भी मैंने बात किया है, अपने हॉस्पिटल वालों उन्होंने आई डी कार्ड प्रोवाइड कर रहे हैं, अगर वो आई डी कार्ड दिखाएंगे कोई नाकामे नहीं रुके। इनिशियली एक दो दिन प्रॉब्लम आए थे पर अभी इधर वो ऐसे कोई काम नहीं किया किसी को। हाँ जी बिल्कुल बिल्कुल, थैंक यू थैंक यू। गुरबाणी अखंडवाणी वास्ते बठिंडा तो AS कैंप की रिपोर्ट। वाहेगुरु जी का खालसा, वाहेगुरु जी की फतेह। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ।